ਸ੍ਰੀ ਹਰਿਮੰਦਰ ਸਾਹਿਬ 'ਚ ਆਉਣ ਵਾਲੀ ਸੰਗਤ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਦੇ ਮੁਤਾਬਕ ਰਜਿੰਦਰ ਸਿੰਘ ਨਾਂ ਦਾ ਇਹ ਸੇਵਾਦਾਰ ਗੁਰਦੁਆਰਾ ਪਿਪਲੀ ਸਾਹਿਬ 'ਚ ਸੇਵਾ ਕਰਦਾ ਸੀ, ਜੋ ਆਪਣੇ ਗਰੋਹ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਗੁਰੂ ਘਰ ਦੇ ਸਰੋਵਰ 'ਚ ਇਸ਼ਨਾਨ ਕਰ ਰਹੇ ਬੈਂਕ ਦੇ ਰਿਟਾਇਰਡ ਮੈਨੇਜਰ ਦਾ ਪਰਸ ਚੋਰੀ ਕਰਨ ਲੱਗਾ, ਜਿਸ ਨੂੰ ਮੌਕੇ 'ਤੇ ਮੌਜੂਦ ਸੇਵਾਦਾਰਾਂ ਅਤੇ ਸੰਗਤ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਇਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਜਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ 'ਚ ਹੀ ਬਤੌਰ ਸੇਵਾਦਾਰ ਕੰਮ ਕਰਦਾ ਸੀ, ਜਿੱਥੇ ਸੰਗਤ ਦਾ ਸਮਾਨ ਚੋਰੀ ਕਰਦਿਆਂ ਉਸ ਨੂੰ ਕਾਬੂ ਕੀਤਾ ਗਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਕੁਝ ਸਮਾਂ ਬੀਤ ਜਾਣ ਪਿੱਛੋਂ ਉਸ ਨੂੰ ਮੁੜ ਬਹਾਲ ਕੀਤਾ ਗਿਆ ਸੀ, ਪਰ ਉਸ ਨੂੰ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਥਾਂ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਬਤੌਰ ਸੇਵਾਦਾਰ ਤੈਨਾਤ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ। ਕੀ ਨਾਮ ਹੈ? ਰਜਿੰਦਰ ਸਿੰਘ। ਕੀ ਕੀਤਾ ਤੂੰ? ਪਰਸ ਚੋਰੀ। ਕੀ ਕਰਦਾ ਸੀ? ਪਰਸ ਚੋਰੀ ਕੀਤਾ ਸੀ। ਕੰਮ ਕੀ? ਕਮੇਟੀ ਜੀ। ਕਮੇਟੀ ਕੀ ਲੱਗੇ ਹੋ? ਸੇਵਾਦਾਰ ਜੀ। ਅਤੇ ਉਹ ਰਜਿੰਦਰ ਨਾਲ ਲੱਗਾ ਹੋਇਆ ਪੁਲਿਸ ਸਾਹਿਬ ਜੀ। ਅੱਛਾ, ਪਰਸ ਕਿੱਥੋਂ ਚੋਰੀ ਕੀਤਾ ਜੀ? ਦਰਬਾਰ ਸਾਹਿਬ ਤੋਂ। ਦਰਬਾਰ ਸਾਹਿਬ ਕਿੱਥੋਂ? ਬਹਾਲ ਕਰਤਾ ਸੀ। ਮੈਂਬਰ ਸਾਹਿਬ ਗ੍ਰਸ ਜਿਹੜਾ ਵਿੱਚ ਕਰਾਇਆ ਗਿਆ ਸੀ। ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ ਮਹਿਤਾ? ਹਾਂਜੀ। ਉਹਨਾਂ ਦੀ ਮਹਿਤਾ ਸਾਹਿਬ ਦੀ ਸਿਫਾਰਿਸ਼ 'ਤੇ ਕੀਤਾ ਗਿਆ ਸੀ ਨਾ? ਹਾਂਜੀ। ਅਤੇ ਹੁਣ ਡਿਊਟੀ ਕਿੱਥੇ ਸੀ? ਡਿਪਲੀ ਸਾਹਿਬ। ਡਿਪਲੀ ਸਾਹਿਬ। ਅਤੇ ਉਹਦੇ ਬਾਅਦ ਤੁਹਾਨੂੰ ਗੁਰੂ ਘਰ 'ਚ ਤੁਸੀਂ ਲੱਗੇ, ਤੁਹਾਨੂੰ ਬਹਾਲ ਵੀ ਕਰ ਦਿੱਤਾ ਗਿਆ, ਉਹਦੀ ਸਜ਼ਾ ਨਹੀਂ ਮਿਲੀ ਤੁਹਾਨੂੰ, ਕਿ ਜਿਹਦੇ ਨਾਲ ਤੁਸੀਂ ਦੁਬਾਰਾ ਫਿਰ ਇਹ ਕੰਮ ਕਿਉਂ ਕਰਨਾ ਸ਼ੁਰੂ ਕਰਤਾ, ਆਪਾਂ ਨੂੰ ਪਤਾ ਮਿਲਦੀ ਹੈ। ਗਲਤੀ ਹੋ ਗਈ, ਦੁਬਾਰਾ ਨਹੀਂ ਹੋ ਗਈ। ਕਿੰਨੀ ਤਨਖਾਹ ਮਿਲਦੀ ਜੀ ਤੁਹਾਨੂੰ? 8,500 ਰੁਪਈਆ ਜੀ। ਪੱਕੇ ਮੁਲਾਜ਼ਮ ਹੋ? ਨਹੀਂ। ਇਹ ਮੈਟਰ ਜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਦਾਰ ਹੈ ਰਜਿੰਦਰ ਸਿੰਘ ਏਲੀਅਸ ਡਿੰਪੀ। ਇਹ ਪਹਿਲਾਂ ਤਾਂ ਇੱਥੇ ਡਿਊਟੀ ਕਰਦਾ ਹੁੰਦਾ ਸੀ ਗੁਰੂ ਅਰਜਨ ਦੇਵ ਨਿਵਾਸ ਗੁਰਦੁਆਰਾ ਸਾਹਿਬ। ਇੱਥੋਂ ਇਹਨੇ ਕੋਈ ਪਹਿਲਾਂ ਵੀ ਇਹਨੇ ਇੱਕ ਚੋਰੀ ਕੀਤੀ ਸੀ, ਇੱਕ ਮੋਬਾਈਲ ਚੋਰੀ ਕੀਤਾ। ਮੋਬਾਈਲ ਚੋਰੀ ਕਰਦਾ ਜਦੋਂ ਫੜਿਆ ਗਿਆ ਤਾਂ ਮੈਨੇਜਰ ਸਾਹਿਬ ਨੇ ਇਹ ਤੋਂ ਮੋਬਾਈਲ ਬਰਾਮਦ ਕਰਵਾ ਕੇ ਸ਼ਰਧਾਲੂਆਂ ਨੂੰ ਦੇ ਦਿੱਤਾ ਅਤੇ ਮੈਨੇਜਰ ਸਾਹਿਬ ਨੇ ਇਹਨੂੰ ਸਸਪੈਂਡ ਕਰ ਦਿੱਤਾ। ਉਸ ਤੋਂ ਬਾਅਦ 'ਚ ਇਹ ਕਿਸੇ ਤਰੀਕੇ ਦੇ ਨਾਲ ਇਹ ਫਿਰ ਦੁਬਾਰਾ ਬਹਾਲ ਹੋ ਗਿਆ, ਲੇਕਿਨ ਬਹਾਲ ਹੋਣ 'ਤੇ ਮੈਨੇਜਰ ਸਾਹਿਬ ਨੇ ਕਿਹਾ ਕਿ ਇਹੋ ਜਿਹਾ ਗੰਦਾ ਬੰਦਾ ਅਸੀਂ ਇੱਥੇ ਨਹੀਂ ਰੱਖਣਾ, ਇਹਦੀ ਬਦਲੀ ਪਿਪਲੀ ਸਾਹਿਬ ਕਰ ਦਿਓ। ਇਹ ਪਿਪਲੀ ਸਾਹਿਬ ਹੁਣ ਇਹ ਮੌਜੂਦਾ ਉੱਥੇ ਡਿਊਟੀ ਕਰ ਰਿਹਾ, ਲੇਕਿਨ ਡਿਊਟੀ ਨੂੰ ਛੱਡ ਕੇ ਕੱਲ੍ਹ ਦਰਬਾਰ ਸਾਹਿਬ ਦੁੱਖ ਭੰਡੀ ਬੇਰੀ ਸਾਹਿਬ ਦੇ ਕੋਲ ਆ ਕੇ ਇੱਕ ਸ਼ਰਧਾਲੂ ਜੋ ਪੰਜ ਇਸ਼ਨਾਨਾ ਕਰ ਰਿਹਾ ਸੀ ਤਾਂ ਇਹਨੇ ਉਹਦਾ ਪਰਸ ਚੋਰੀ ਕਰ ਲਿਆ। ਜਿਹੜਾ ਸ਼ਰਧਾਲੂ ਸੀ ਉਹ ਬੈਂਕ ਆਫ ਬੜੌਦਾ ਤੋਂ ਮੈਨੇਜਰ ਰਿਟਾਇਰ ਸੀਗਾ। ਜਦੋਂ ਚੋਰੀ ਕੀ ਕਰਦੇ ਨੂੰ ਇਹਨੂੰ ਸਾਡੇ ਜਿਹੜੇ ਸਿਵਲ ਪਾਰਚਾਤ ਵਿੱਚ ਮੁਲਾਜ਼ਮ ਅਤੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੇ ਮੌਕੇ 'ਤੇ ਇਹਨੂੰ ਕਾਬੂ ਕਰ ਲਿਆ। ਜਦੋਂ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਪਿਪਲੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਸੇਵਾਦਾਰ ਹੈ ਅਤੇ ਉੱਥੋਂ ਆ ਕੇ ਇਹ ਚੋਰੀ ਕਰਨ ਵਾਸਤੇ ਆਇਆ ਸੀ, ਲੇਕਿਨ ਉਹਦਾ ਪਰਸ ਅਤੇ ਜਿਹੜੇ ਬਹੁਤ ਕੀਮਤੀ ਡਾਕੂਮੈਂਟ ਸੀਗੇ ਉਹ ਵੀ ਬਰਾਮਦ ਹੋ ਚੁੱਕੇ ਨੇ, ਤਾਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਔਰ ਕਿੰਨੀਆਂ ਕੁ ਚੋਰੀਆਂ ਜੀ ਇਹਨੇ ਕੀਤੀਆਂ? ਇਹ ਕਾਫੀ ਦੇਰ ਤੋਂ ਪਹਿਲਾਂ ਚੋਰੀਆਂ ਕਰ ਰਿਹਾ ਸੀ, ਲੇਕਿਨ
ਡਿਕਲੇਅਰ ਨਹੀਂ ਹੋ ਰਿਹਾ ਸੀਗਾ, ਸਿਰਫ ਇੰਨਾ ਹੀ ਪਤਾ ਲੱਗਿਆ ਸੀ ਕਿ ਪਹਿਲਾਂ ਜਦੋਂ ਇਹਨੇ ਮੋਬਾਈਲ ਇੱਕ ਚੋਰੀ ਕੀਤਾ ਸੀਗਾ ਉਹ ਡਿਕਲੇਅਰ ਆਏ ਅਤੇ ਹੋਰ ਕੋਈ ਮੁਕੱਦਮਾ ਦਰਜ ਨਹੀਂ ਹੈ, ਲੇਕਿਨ ਹੁਣ ਤਫਤੀਸ਼ ਕਰਕੇ ਅਸੀਂ ਰਿਮਾਂਡ ਲਵਾਂਗੇ, ਰਿਮਾਂਡ ਲੈ ਕੇ ਫਿਰ ਕੋਸ਼ਿਸ਼ ਕਰਾਂਗੇ। ਹਾਂ, ਇਹਦੇ ਨਾਲ ਇਸ ਤੋਂ ਇਲਾਵਾ ਦੋ ਹੋਰ ਨੇ, ਇੱਕ ਗੁਰਮੀਤ ਸਿੰਘ ਬਡਾਲਾ ਬੰਗਰ ਅਤੇ ਇੱਕ ਰਿੰਕੂ ਯੂਪੀ ਦਾ, ਉਹਨਾਂ ਨੇ ਲੰਗਰ ਹਾਲ ਦੇ ਵਿੱਚੋਂ ਚੋਰੀ ਕੀਤੀ। ਲੰਗਰ ਹਾਲ ਵਿੱਚ ਸ਼ਰਧਾਲੂ ਜਦੋਂ ਦੋਵਾਂ ਹੱਥਾਂ ਵਿੱਚ ਥਾਲੀ ਫੜ ਕੇ ਭੀੜ ਦੇ ਵਿੱਚ ਲੱਗੇ ਹੁੰਦੇ ਸੀ ਤਾਂ ਇਹ ਪਿੱਛੋਂ ਜਦੋਂ ਉਹਦੇ ਦੋਵੇਂ ਹੱਥ ਥਾਲੀ ਦੇ ਵਿੱਚ ਹੁੰਦੇ ਨੇ ਤਾਂ ਪਰਸ ਖਾ ਦੇਖ ਕੇ ਪਿੱਛੋਂ ਪਰਸ ਚੋਰੀ ਕਰ ਲੈਂਦੇ ਸੀ। ਪਰਸ ਚੋਰੀ ਕਰਦਿਆਂ ਉਹਨਾਂ ਨੂੰ ਬਰਾਮਦ ਕੀਤਾ, 1860 ਰੁਪਈਏ ਉਹਨਾਂ ਦੇ ਬਰਾਮਦ ਹੋਏ ਔਰ ਉਹਨਾਂ ਦੇ ਵੀ ਜਿਹੜੇ ਬਹੁਤ ਕੀਮਤੀ ਡਾਕੂਮੈਂਟ ਸੀਗੇ, ਕੈਨੇਡਾ ਦੇ ਵੀਜ਼ਾ ਵਗੈਰਾ ਸੀਗਾ, ਉਹ ਵੀ ਬਰਾਮਦ ਹੋ ਗਿਆ ਮਿਲ ਗਿਆ। ਇਹਦੇ ਪਰਸ ਵਿੱਚੋਂ 820 ਰੁਪਏ ਬਰਾਮਦ ਹੋਏ, ਲੇਕਿਨ ਉਹਦੇ ਬੈਂਕ ਆਫ ਬੜੌਦਾ ਦੀ ਜਿਹੜੀ ਉਹਦੀ ਰਿਟਾਇਰਮੈਂਟ ਦੇ ਜਿਹੜੇ ਡਾਕੂਮੈਂਟ ਸੀ ਉਹ ਵੀ ਉਹਦੇ ਵਿੱਚ ਸੀ, ਅਗਰ ਉਹ ਨਾ ਮਿਲਦੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਕਿ ਸ਼੍ਰੋਮਣੀ ਕਮੇਟੀ 'ਚ ਕੀ ਮਤਲਬ ਇੱਦਾਂ ਹੋਰ ਵੀ ਕਈ ਮੁਲਾਜ਼ਮ ਹੈਗੇ ਨੇ ਜਾਂ ਨਹੀਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੜੇ ਬੜੇ ਸੰਸੀਅਰ ਬਹੁਤ ਵਧੀਆ ਮੁਲਾਜ਼ਮ ਹੈ ਨੇ ਇੱਥੇ, ਮੈਂ ਪ੍ਰਕਰਮਾਂ ਦੇ ਵਿੱਚ ਮੈਨੂੰ ਕਾਫੀ ਸਮਾਂ ਮਿਲਿਆ ਇੱਥੇ ਸੇਵਾ ਕਰਨ ਦਾ। ਇੱਥੇ ਜਿਵੇਂ ਸੁਖਬੀਰ ਸਿੰਘ ਐਡੀਸ਼ਨਲ ਮੈਨੇਜਰ ਨੇ, ਰਜਿੰਦਰ ਸਿੰਘ ਰੂਬੀ ਨੇ, ਉਹ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ ਔਰ ਲੇਕਿਨ ਅਸੀਂ ਕੋਆਰਡੀਨੇਸ਼ਨ ਦੇ ਨਾਲ ਜਿਹੜੇ ਅੰਦਰ CCTV 300 ਕੈਮਰਾ CCTV ਕੈਮਰਾ ਲੱਗਿਆ ਹੋਇਆ 300, ਲੇਕਿਨ ਉਹ ਸਾਡੇ ਕੋਆਰਡੀਨੇਸ਼ਨ ਦੇ ਨਾਲ ਜੋ ਵੀ ਚੋਰੀ ਕਰਦਾ ਤਾਂ ਇਹ ਆਪ ਨਾਲ ਹੋ ਕੇ ਇਹਨਾਂ ਨੂੰ ਕਾਬੂ ਕਰਦੇ ਨੇ। ਸੁਖਬੀਰ ਸਿੰਘ ਮੈਨੇਜਰ ਨੇ ਖੁਦ ਇਹ ਗੱਲ ਕਹੀ ਕਿ ਜਿਹੜਾ ਬੇਸ਼ੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਇਹਨੂੰ ਬਖਸ਼ਿਆ ਨਹੀਂ ਜਾਏਗਾ। ਬਿਊਰੋ ਰਿਪੋਰਟ, ਪੰਜਾਬ ਟੂਡੇ।